ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੇ ਜਿਹੜੇ ਸੁਭਾਅ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਭੁੱਲਰ ਸਾਹਿਬ ਥੋੜ੍ਹਾ ਬਦਲਾਵ ਦੇਖਿਆ ਜਾ ਰਿਹਾ ਹੈਗਾ, ਤੁਸੀਂ ਵੀ ਸ਼ਾਇਦ ਗੱਲ ਨੋਟ ਕੀਤੀ ਹੋਣੀ ਹੈ। ਉਹ ਕਹਿੰਦੇ ਨੇ ਜੇ ਰਾਜੋਵਾਲਾਂ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਕੋਈ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਂਦੀ ਹੈ ਤਾਂ ਉਹ ਅਪੋਜ਼ ਨਹੀਂ ਕਰਨਗੇ। ਦੇਖੋ, ਅਗਰ ਤੁਹਾਨੂੰ ਵੱਡੀ ਕੁਰਸੀ ਮਿਲ ਜਾਂਦੀ ਆ ਤਾਂ ਫਿਰ ਵੱਡਾ ਜਿਗਰਾ ਰੱਖਣਾ ਪੈਂਦਾ, ਵੱਡਾ ਦਿਲ ਰੱਖਣਾ ਪੈਂਦਾ। ਅਤੇ ਹੁਣ ਰਵਨੀਤ ਸਿੰਘ ਬਿੱਟੂ ਹੁਣਾਂ ਨੂੰ ਸੈਂਟਰ ਦੇ ਵਿੱਚ ਹਾਰਨ ਤੋਂ ਬਾਅਦ ਇੱਕ ਵੱਡੀ ਕੁਰਸੀ ਬਣੀ ਆ, ਕੇਂਦਰੀ ਰਾਜ ਮੰਤਰੀ ਬਣਨਾ ਇੱਕ ਵੱਡੀ ਗੱਲ ਹੁੰਦੀ ਹੈ। ਤੁਹਾਡੇ ਕੋਲ ਦੋ ਮਹਿਕਮੇ ਨੇ, ਫੂਡ ਪ੍ਰੋਸੈਸਿੰਗ ਅਤੇ ਰੇਲ ਰਾਜ ਮੰਤਰੀ ਦਾ ਅਹੁਦਾ, ਦੋਨੇ ਕੰਮ ਤੁਸੀਂ ਪੰਜਾਬ ਦੇ ਵਿੱਚ ਬਹੁਤ ਕਰਵਾ ਸਕਦੇ, ਕਿਉਂਕਿ ਸਾਡਾ ਜਿਹੜਾ ਖੇਤੀਬਾੜੀ ਪ੍ਰਧਾਨ ਸੂਬਾ ਔਰ ਦੂਜਾ ਰੇਲਾਂ ਦਾ ਅੱਗੇ ਜਾਲ ਵਿਛਿਆ, ਕੁਝ ਏਰੀਏ ਨੇ ਜਿੱਥੇ ਜਾਲ ਵਿਛਾਉਣ ਵਾਲਾ, ਕੁਝ ਟ੍ਰੇਨਾਂ ਨਵੀਆਂ ਸ਼ੁਰੂ ਕਰਨ ਵਾਲੀਆਂ ਨੇ। ਅਜਿਹੀ ਸਥਿਤੀ ਦੇ ਵਿੱਚ ਅਗਰ ਇਹ ਕੰਮ ਕਰ ਗਏ ਅਗਲੇ 5 ਸਾਲ ਤੱਕ ਤਾਂ ਲਾਜ਼ਮੀ ਤੌਰ 'ਤੇ ਚੰਗੀ ਗੱਲ। ਹੁਣ ਜਿੱਥੋਂ ਤੱਕ ਬਲਵੰਤ ਸਿੰਘ ਰਾਜੋਵਾਲਾ ਔਰ ਬੰਦੀ ਸਿੰਘਾਂ ਦਾ ਸਵਾਲ ਆ, ਹਿੰਦੁਸਤਾਨ ਟਾਈਮਸ ਦੇ ਵਿੱਚ ਖਬਰ ਛਪੀ ਆ ਜਿਹਦੇ 'ਚ ਰਵਿੰਦਰ ਵਾਸੂਦੇਵਾ ਹੋਣਾ ਨੇ ਉਹਨਾਂ ਦੀ ਇੰਟਰਵਿਊ ਕੀਤੀ ਆ ਰਵਨੀਤ ਸਿੰਘ ਬਿੱਟੂ ਹੋਣਾ ਦੀ, ਉਹਦੇ 'ਚ ਉਹਨਾਂ ਨੇ ਬੜਾ ਕਲੀਅਰ ਕਰ ਦਿੱਤਾ ਹੈਗਾ ਨਵਰੀਤ ਸਿੰਘ ਬਿੱਟੂ ਹੋਣਾ ਨੇ ਜਿਹੜੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਸਾਫ਼ ਕਿਹਾ ਹੈਗਾ ਕਿ ਵੋਂਟ ਅਪੋਜ ਰਿਲੀਜ਼ ਰਾਜੋਵਾਲਾ ਐਂਡ ਸਿੱਖ ਪ੍ਰਿਜਨਰ, ਕਿ ਮੈਂ ਬਲਵੰਤ ਸਿੰਘ ਰਾਜੋਵਾਲਾ ਅਤੇ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਵਿਰੋਧ ਨਹੀਂ ਕਰਾਂਗਾ। ਉਹਦੇ 'ਚ ਜਿਹੜੇ ਹਿੰਦੁਸਤਾਨ ਟਾਈਮ ਦੇ ਰਿਪੋਰਟਰ ਰਵਿੰਦਰ ਵਾਸੂਦੇਵਾ ਉਹਨਾਂ ਨੇ ਇੰਟਰਵਿਊ ਕੀਤੀ ਆ, ਉਹਦੇ 'ਚ ਉਹਨਾਂ ਨੇ 5-6 ਸਵਾਲ ਕੀਤੇ ਨੇ ਜਿਹਦੇ 'ਚ ਇੱਕ ਸਵਾਲ ਆ ਜਿਹਦੇ 'ਚ ਲਿਖਿਆ ਕਿ ਮੈਨੀ ਸਿੱਖ ਔਰਗੇਨਾਈਜੇਸ਼ਨ ਆਰ ਡਿਮਾਂਡਿੰਗ ਰਿਲੀਜ਼ ਆਫ ਸਿੱਖ ਪ੍ਰਿਜਨਰ, ਵਟ ਇਜ਼ ਦਾ ਯੂਅਰ ਵੀ ਔਨ ਦਿਸ। ਜਿਹਦੇ 'ਚ ਉਹ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਪਤਾ ਹਿੰਦੁਸਤਾਨ ਟਾਈਮ ਇੰਗਲਿਸ਼ ਨਿਊਜ਼ ਪੇਪਰ ਆ, ਰਵਨੀਤ ਸਿੰਘ ਬਿੱਟੂ ਹੁਣ ਦਾ ਇਸ ਸਵਾਲ ਦੇ ਵਿੱਚ ਜਵਾਬ ਆ ਕਿ ਆਈ ਐਮ ਦਾ ਓਪੀਨੀਅਨ ਦੈਟ ਸਿੱਖ ਪ੍ਰਿਜਨਰ ਸਪੈਸ਼ਲੀ ਦੋਜ਼ ਹੂ ਹੈਵ ਬੀਨ ਕੰਪਲੀਟ ਦੇਅਰ ਇਜ਼ ਸੈਂਟੈਂਸ ਸ਼ੁੱਡ ਬੀ ਰਿਲੀਜ਼। ਆਈ ਹੈਵ ਆਲਰੇਡੀ ਸਟੇਟ ਦੈਟ ਇਫ ਨੀਡਡ ਆਈ ਵਿਲ ਫਾਈਟ ਫੋਰ ਦੀਜ ਰਿਲੀਜ਼ ਔਫ ਪ੍ਰਿਜਨਰਸ। ਉਹਦੇ 'ਚ ਸਪਸ਼ਟ ਕੀਤਾ ਹੈਗਾ ਕਿ ਮੇਰਾ ਆਪਣਾ ਵਿਊ ਆ ਕਿ ਜਿਹੜੇ ਕੈਦੀਆਂ ਨੇ, ਖਾਸ ਕਰਕੇ ਜਿਨ੍ਹਾਂ ਨੇ ਆਪਣੀ ਸਜ਼ਾ ਭੁਗਤ ਲਈ ਆ, ਉਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਅਗਰ ਜ਼ਰੂਰਤ ਪਈ ਤਾਂ ਮੈਂ ਇਹਨਾਂ ਦੀ ਰਿਹਾਈ ਵਾਸਤੇ ਲੜਾਈ ਵੀ ਲੜਾਂਗਾ। ਹੁਣ ਦੂਜਾ ਸਵਾਲ ਹੈ ਕਿ ਦੇਰ ਇਜ਼ ਡਿਮਾਂਡ ਟੂ ਬੀ ਰਿਲੀਜ਼ ਬਲਵੰਤ ਸਿੰਘ ਰਾਜੋਵਾਲਾ ਐਜ਼ ਵੈਲ, ਡੂ ਯੂ ਸਪੋਰਟ। ਉਹਦੇ 'ਚ ਫਿਰ ਕਹਿੰਦੇ ਕਿ ਮੈਂ ਸਪਸ਼ਟ ਤੌਰ 'ਤੇ ਬਲਵੰਤ ਸਿੰਘ ਰਾਜੋਵਾਲਾ ਦੇ ਮਸਲੇ 'ਚ ਕਹਿੰਦਾ ਹੈਗਾ ਕਿ ਅਗਰ ਸੈਂਟਰ ਦਾ ਕੋਈ ਪਲੈਨ ਹੋਇਆ ਬਲਵੰਤ ਸਿੰਘ ਰਾਜੋਵਾਲਾ ਨੂੰ ਰਿਲੀਜ਼ ਕਰਨ ਦਾ, ਚਾਹੇ ਬਲਵੰਤ ਸਿੰਘ ਰਾਜੋਵਾਲਾ ਚਾਹੇ ਕੋਈ ਹੋਰ ਸਿੱਖ ਪ੍ਰਿਜਨਰ ਆ, ਅਤੇ ਮੈਂ ਇਸ ਦਾ ਵਿਰੋਧ ਨਹੀਂ ਕਰਾਂਗਾ। ਆਈ ਹੈਵ ਡਿਸਕਸਡ ਇਟ ਵਿਦ ਮਾਈ ਫੈਮਿਲੀ ਐਜ਼ ਵੈਲ ਐਜ਼ ਆਈ ਕਨਵਿੰਸ ਦੈਮ ਔਨ ਦੀ ਇਸ਼ੂ, ਇਟਸ ਟਾਈਮ ਟੂ ਮੂਵ ਔਨ। ਮੈਂ ਆਪਣੇ ਪਰਿਵਾਰ ਨਾਲ ਵੀ ਡਿਸਕਸ ਕਰ ਚੁੱਕਾ ਔਰ ਇਹਦੇ 'ਚ ਪਹਿਲਾਂ ਵੀ ਕਿ ਮੈਂ ਕਨਵਿੰਸ ਹਾਂ ਔਰ ਇਹ ਇਸ 'ਤੇ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ। ਇਟਸ ਟਾਈਮ ਦੈਟ ਪੰਜਾਬ ਆਲਸੋ ਮੂਵ ਔਨ ਐਂਡ ਅਡੋਪਟ ਦਾ ਪਾਥ ਆਫ ਰੀਕੋਨਸਾਈਲੇਸ਼ਨ। ਮਾਈ ਫੈਮਿਲੀ ਇਜ਼ ਰੈਡੀ ਟੂ ਮੇਕ ਐਨੀ ਸੈਕਰੀਫਾਈਸ ਓਵਰ ਪੀਸ ਇਨ ਪੰਜਾਬ। ਕੇਸ 'ਤੇ ਅੱਗੇ ਗੱਲ ਤੁਰਨੀ ਚਾਹੀਦੀ ਔਰ ਮੇਰਾ ਪਰਿਵਾਰ ਅਜਿਹੀ ਕੇਸ ਦੇ ਵਿੱਚ ਤਿਆਗ ਦੇਣ ਨੂੰ ਵੀ ਤਿਆਰ ਆ। ਹੁਣ ਸਵਾਲ ਆ ਕਿ ਇਹ ਦੋ ਜਿਹੜੇ ਐਪੀਸੋਡ ਆ ਬਲਵੰਤ ਸਿੰਘ ਰਾਜੋਵਾਲਾ ਬੰਦੀ ਸਿੰਘਾਂ ਨੂੰ ਲੈ ਕੇ, ਉਹਦੇ 'ਚ ਰਵਨੀਤ ਸਿੰਘ ਬਿੱਟੂ ਹੋਣਾ ਨੇ ਸਪਸ਼ਟ ਕਰ ਦਿੱਤਾ ਹੈਗਾ। ਹੁਣ ਸਵਾਲ ਹੈ ਕਿ ਇਹ ਕੀ ਪੈਰਵਾਈ ਵੀ ਕਰਨਗੇ, ਕਿਉਂਕਿ ਬਲਵੰਤ ਸਿੰਘ ਰਾਜੋਵਾਲਾ ਦੇ ਮਸਲੇ 'ਤੇ ਜਦੋਂ ਰਵਨੀਤ ਸਿੰਘ ਬਿੱਟੂ ਹੋਣਾ ਨੇ ਖੇਤੀਬਾੜੀ ਕਾਨੂੰਨਾਂ ਲੈ ਕੇ ਜੰਤਰ ਮੰਤਰ ਵਿਖੇ ਧਰਨਾ ਲਾਇਆ ਸੀ, ਉਦੋਂ ਵੀ ਰਵਨੀਤ ਸਿੰਘ ਬਿੱਟੂ ਹੋਣਾ ਨੇ ਕਿਹਾ ਸੀ ਕਿ ਮੈਂ ਤਿਆਰ ਹਾਂ, ਸਾਡਾ ਪਰਿਵਾਰ ਤਿਆਰ ਆ, ਅਸੀਂ ਸੈਂਟਰ ਸਰਕਾਰ ਅੱਗੇ
ਕਹਿੰਦੇ ਹਾਂ ਕਿ ਤੁਸੀਂ ਖੇਤੀਬਾੜੀ ਕਾਨੂੰਨ ਵਾਪਸ ਲੈ ਲਓ ਅਤੇ ਅਸੀਂ ਬਲਵੰਤ ਸਿੰਘ ਰਾਜੋਵਾਲਾ ਸਮੇਤ ਬਾਕੀ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗੇ। ਪਰ ਜਿਹੜੀ ਅੱਜ ਉਹਨਾਂ ਹਿੰਦੁਸਤਾਨ ਟਾਈਮਜ਼ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਕਿਹਾ ਉਹਦੇ 'ਚ ਉਹਨਾਂ ਨੇ ਫਿਰ ਸਪਸ਼ਟ ਕਰ ਦਿੱਤਾ ਹੈਗਾ ਔਰ ਉੱਥੋਂ ਤੱਕ ਉਹ ਵੀ ਕਿਹਾ ਕਿ ਜਿਹੜੇ ਸਿੱਖ ਨੇ ਸਿੱਖ ਕੌਮ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਵਸੇ ਹੋਏ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਵੀ ਕਹਿ ਰਹੇ ਕਿ ਬਾਕੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਜਿਹੜੇ ਨੇ ਉਹਨਾਂ ਨਾਲੋਂ ਵੱਖਰੇ ਸਿੱਖ ਕੌਮ ਬਾਰੇ ਸਿੱਖਾਂ ਬਾਰੇ ਨਰਿੰਦਰ ਮੋਦੀ ਸਾਹਿਬ ਸੋਚਦੇ ਨੇ। ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ। ਹੁਣ ਦੇਖਦੇ ਹਾਂ ਕਿਉਂਕਿ ਇਹ ਜਿਹੜੀ ਮੰਗ ਆ ਬੰਦੀ ਸਿੰਘਾਂ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਲੜਾਈ ਲੜ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਪੰਜਾਬ ਭਰ ਦੇ ਵਿੱਚ ਕੰਪੇਨ ਕੀਤੀ ਸੀ, ਚਿੱਠੀਆਂ ਲਿਖੀਆਂ ਸੀ, ਫਿਰ ਗਵਰਨਰ ਦੇ ਜ਼ਰੀਏ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੂੰ ਭੇਜੀਆਂ ਸੀ। ਲੇਕਿਨ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਦੋਂ ਚੱਲਦੀ ਸੀ ਆਖਰੀ ਪਾਰਲੀਮੈਂਟ ਤੋਂ ਪਹਿਲਾਂ ਅਮਿਤ ਸ਼ਾਹ ਨੇ ਇਹ ਕਿਹਾ ਸੀ ਕਿ ਜਿਹੜੇ ਲੋਕਾਂ ਨੂੰ ਕੋਈ ਖੇਧ ਨਹੀਂ ਆ, ਜਿਹੜੇ ਲੋਕਾਂ ਨੂੰ ਕੋਈ ਆਪਣੇ ਕੋਈ ਪਛਤਾਵਾ ਨਹੀਂ ਆ, ਅਸੀਂ ਕਿਵੇਂ ਉਹਨਾਂ ਨੂੰ ਛੱਡ ਦਈਏ। ਉਹਨਾਂ ਨੇ ਬਲਵੰਤ ਸਿੰਘ ਰਾਜੋਵਾਲਾ ਵੱਲ ਇਸ਼ਾਰਾ ਕੀਤਾ ਸੀ। ਲੇਕਿਨ ਫਿਲਹਾਲ ਰਵਨੀਤ ਸਿੰਘ ਬਿੱਟੂ ਹੋਣਾ ਨੇ ਇਹ ਸਪਸ਼ਟ ਕਰ ਦਿੱਤਾ ਹੈਗਾ ਕਿ ਮੈਂ ਚਾਹੇ ਬਲਵੰਤ ਸਿੰਘ ਰਾਜੋਵਾਲਾ ਚਾਹੇ ਬਾਕੀ ਬੰਦੀ ਸਿੰਘਾਂ, ਮੈਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਵਿਰੋਧ ਨਹੀਂ ਕਰਾਂਗਾ। ਚੰਗੀ ਗੱਲ ਆ ਕਿ ਜਿਹੜੇ ਲੋਕਾਂ ਨੇ ਜਿਨ੍ਹਾਂ ਨੇ, ਕਿਉਂਕਿ ਬਹੁਤ ਸਾਰੇ ਪੋਲੀਟੀਕਲ ਮਸਲੇ ਨੇ, ਬਲਵੰਤ ਸਿੰਘ ਰਾਜੋਵਾਲਾ ਜਾਂ ਜਗਤਾਰ ਸਿੰਘ ਹਵਾਰਨ ਲਈ ਪੋਲੀਟੀਕਲ ਮਸਲੇ, ਇੱਕ ਪੋਲੀਟੀਕਲ ਲੜਾਈ ਸੀ, ਕੋਈ ਵੱਟ ਦਾ ਰੌਲਾ ਜਾਂ ਦੰਗਿਆਂ ਵਾਲਾ ਰੌਲਾ ਜਾਂ ਹੋਰ ਕੋਈ ਪ੍ਰੋਬਲਮ ਨਹੀਂ ਸੀ। ਮਸਲਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਬੇਕਸੂਰ ਮੁੰਡੇ ਮਾਰੇ ਗਏ ਸੀ, ਲੜਾਈ ਇੱਕ ਵੱਖਰੀ ਸੀ। ਉਸ ਲੜਾਈ ਦੇ ਵਿੱਚ ਬਿੰਦ ਸਿੰਘ ਹੋਣਾ ਦਾ ਕਤਲ ਹੋ ਜਾਂਦਾ, ਇਹ ਜਿਹੜੇ ਨੇ ਨੌਜਵਾਨ ਨੇ ਉਸ ਸਮੇਂ ਇਹ ਇਹਨਾਂ 'ਤੇ ਦੋਸ਼ ਲਾਏ ਦੇ, ਇਹਨਾਂ ਨੇ ਸਜ਼ਾ ਭੁਗ ਚੁੱਕੇ ਨੇ। ਪਰ ਅਜਿਹੀ ਸਥਿਤੀ 'ਚ ਦੇਖਦੇ ਹਾਂ ਕਿ ਹੁਣ ਭਾਰਤ ਸਰਕਾਰ ਕੀ ਕਰਦੀ ਹੈ। ਜੇ ਉਹ ਕਹਿ ਰਹੇ ਨੇ ਕਿ ਸਿੱਖ ਕੌਮ ਪ੍ਰਾਈਮ ਮਿਨਿਸਟਰ ਦੇ ਦਿਲ 'ਚ ਵਸੀ ਹੋਈ ਆ, ਤਾਂ ਲਾਜ਼ਮੀ ਤੌਰ 'ਤੇ ਇਹ ਜਿਹੜੇ ਫੈਸਲੇ ਇਹ ਵੀ ਲੈ ਲੈਣੇ ਚਾਹੀਦੇ ਨੇ। ਜੇ ਰਵਨੀਤ ਸਿੰਘ ਬਿੱਟੂ, ਕਿਉਂਕਿ ਰਵਨੀਤ ਸਿੰਘ ਬਿੱਟੂ ਨਹੀਂ ਇਸ ਟਾਈਮ ਪੀੜਤ ਨੇ ਪਰਿਵਾਰ, ਕਿਉਂਕਿ ਉਹਨਾਂ ਦੇ ਦਾਦੇ ਦਾ ਕਤਲ ਕੀਤਾ ਗਿਆ, ਜੇ ਪੀੜਤ ਪਰਿਵਾਰ ਨੂੰ ਮਨਜ਼ੂਰ ਆ ਤਾਂ ਲਾਜ਼ਮੀ ਤੌਰ 'ਤੇ ਸੈਂਟਰ ਸਰਕਾਰ ਜਾਂ ਸਟੇਟ ਏਜੰਸੀਆਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਗਾਂਧੀ ਪਰਿਵਾਰ ਬਖਸ਼ ਸਕਦਾ ਹੈਗਾ, ਅਤੇ ਜੇ ਮਸਲੇ 'ਚ ਇਹਦੇ 'ਚ ਵੀ ਇਹ ਫੈਸਲੇ ਵੱਡੇ ਲਏ ਜਾ ਸਕਦੇ ਨੇ। ਬੋਲਦਰ ਸਾਹਿਬ, ਜਦੋਂ ਅਮਿਤ ਸ਼ਾਹ ਸਾਹਿਬ ਲੁਧਿਆਣਾ ਆਉਂਦੇ ਨੇ, ਰੈਲੀ ਕਰਦੇ ਨੇ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ, ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਹਨਾਂ ਦੇ ਦਾਦਾ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਿਨ੍ਹਾਂ ਨੇ ਹੱਤਿਆ ਕੀਤੀ, ਕਤਲ ਕੀਤਾ, ਅਸੀਂ ਉਹਨਾਂ ਨੂੰ ਕਦੀ ਮਾਫ਼ ਨਹੀਂ ਕਰਾਂਗੇ। ਹੁਣ ਰਵਨੀਤ ਸਿੰਘ ਬਿੱਟੂ ਨੇ ਬਿਲਕੁਲ ਆਪਣੀ ਸਿਆਸਤ ਚੇਂਜ ਕਰ ਲਈ ਹੈ। ਉਹਨਾਂ ਨੇ ਕਿਹਾ ਵੀ ਮੈਂ ਹੁਣ ਉਹਨਾਂ ਦੀ ਵਿਰੋਧ ਨਹੀਂ ਕਰਾਂਗਾ ਜੇ ਉਹਨਾਂ ਨੂੰ ਕੇਂਦਰ ਸਰਕਾਰ ਛੱਡਣ ਨੂੰ ਤਿਆਰ ਹੋ ਜਾਏ। ਜਿਹੜੀ ਰਵਨੀਤ ਸਿੰਘ ਬਿੱਟੂ ਨੇ ਆਪਣੀ ਸਿਆਸਤ ਚੇਂਜ ਕੀਤੀ ਹੈ, ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦਾ ਜਿਹੜਾ ਟਾਰਗੇਟ ਕੀ ਹੈਗਾ ਵੀ ਹੁਣ ਉਹ ਪਹਿਲਾਂ ਤਾਂ ਗੱਲ ਕੁਛ ਹੋਰ ਕਰਦੇ ਸੀ, ਹੁਣ ਗੱਲ ਕੁਛ ਹੋਰ ਕਰਦੇ ਨੇ? ਬਿਲਕੁਲ, ਇਸ ਮਸਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਰਵਨੀਤ ਸਿੰਘ ਬਿੱਟੂ ਉਹਨਾਂ ਲੱਗਦਾ, ਕਿਉਂਕਿ ਦੇਖੋ ਇੱਕ ਜਦੋਂ ਕੁਰਸੀ ਮਿਲਦੀ ਹੈ ਤਾਂ ਤੁਹਾਨੂੰ ਵੱਡੇ ਫੈਸਲੇ ਲੈਣੇ ਪੈਂਦੇ, ਤੁਹਾਡੇ 'ਤੇ 100 ਤਰ੍ਹਾਂ ਦੇ ਪ੍ਰੈਸ਼ਰ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਦੇ, ਕਿਉਂਕਿ ਪੰਜਾਬ ਨੂੰ ਜਾਂ ਸਿੱਖ ਕੌਮ ਨੂੰ ਹੁਣ ਟੇਕ ਕਿਸ 'ਤੇ ਆ ਕਿ ਸੈਂਟਰ ਦੇ ਵਿੱਚ ਤੁਸੀਂ ਗੱਲ ਕੌਣ ਕਰ ਸਕਦਾ ਹੈਗਾ, ਕਾਂਗਰਸ ਤਾਂ ਕਰ ਨਹੀਂ ਸਕਦੀ ਉਸ ਲੈਵਲ ਦੀ, ਜਾਂ ਅਕਾਲੀ ਦਲ ਨਹੀਂ ਕਰ ਸਕਦਾ। ਅਤੇ ਇੱਕ ਵਿਚੋਲੇ ਦੇ ਤੌਰ 'ਤੇ ਰਵਨੀਤ ਸਿੰਘ ਬਿੱਟੂ ਇੱਕ ਚੰਗੀ ਭੂਮਿਕਾ ਨਿਭਾ ਸਕਦੇ ਨੇ। ਅਜਿਹੀ ਸਥਿਤੀ ਦੇ ਵਿੱਚ ਇਹ ਲੱਗਦਾ ਕਿ ਉਹਨਾਂ ਲੱਗਦਾ ਹੋਊਗਾ ਕਿ ਮੈਨੂੰ ਇਹ ਕੰਮ ਕਰਨੇ ਚਾਹੀਦੇ ਨੇ, ਅਤੇ ਇਸ ਕਰਕੇ ਇਹ ਉਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਆਪਣੇ ਆਪ ਨੂੰ ਵੱਡਾ ਵੀ ਹੋਣਗੇ, ਜੇ ਉਹ ਵੱਡੇ ਫੈਸਲੇ ਲੈਣਗੇ ਤਾਂ ਫੈਸਲਾ ਹੀ ਤੁਹਾਨੂੰ ਵੱਡਾ ਇੱਕ ਰਾਜਨੇਤਾ ਬਣਾਉਂਦਾ ਹੈਗਾ। ਮੁੱਖ ਮੰਤਰੀ ਦੀ ਰਾਹ ਵੀ ਸੌਖੀ ਹੋ ਸਕਦੀ ਹੈ ਪੰਜਾਬ ਦੇ ਵਿੱਚ? ਦੇਖੋ, ਮੁੱਖ ਮੰਤਰੀ ਦੀ ਰਾਹ ਭਾਵੇਂ ਔਖੀ ਜਾਂ ਸੌਖੀ, ਲੇਕਿਨ ਇੱਕ ਬੰਦਾ ਸੁਪਨਾ ਤਾਂ ਲੈ ਹੀ ਸਕਦਾ ਨਾ।
ਮੁੱਖ ਮੰਤਰੀ ਬਣਨਾ ਕੋਈ ਮਾੜੀ ਗੱਲ ਨਹੀਂ ਆ। ਅਗਰ ਤੁਹਾਡੇ ਕਰਮਾਂ ਦੇ ਵਿੱਚ ਜੇ ਸੈਂਟਰ ਦਾ ਵਜ਼ੀਰ ਲਿਖਿਆ ਸੀ ਤਾਂ ਤੁਸੀਂ ਬਣ ਗਏ, ਜੇ ਤੁਹਾਡੇ ਤੁਸੀਂ ਮੁੱਖ ਮੰਤਰੀ ਬਣੋਗੇ ਪੰਜਾਬ ਦੇ, ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਨਾ। ਅਜਿਹੀ ਸਥਿਤੀ 'ਤੇ ਤੁਹਾਨੂੰ ਇਹ ਕਿ ਪੰਜਾਬ ਦੀ ਗੱਲ ਕਰਨੀ ਪੈਣੀ ਆ, ਪੰਜਾਬੀਅਤ ਦੀ ਗੱਲ ਕਰਨੀ ਪੈਣੀ ਆ। ਰਣਵੀਰ ਸਿੰਘ ਬਿੱਟੂ ਨੇ ਅਸਲ 'ਚ ਆਪਣੇ ਬਿਆਨਾਂ ਤੋਂ ਥਿੜਕ ਵੀ ਜਾਂਦੇ ਹੁੰਦੇ ਨੇ, ਕਿਸੇ ਨਾ ਕਿਸੇ ਇੱਕ ਫਿਰਕੇ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਲੇਕਿਨ ਹੁਣ ਤੁਸੀਂ ਸਾਰਿਆਂ ਦੇ ਸਾਂਝੇ ਹੋ, ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੇ ਇਸ ਕਰਕੇ ਆਪਣਾ ਜਿਹੜਾ ਰੂਪ ਬਦਲ ਲਿਆ। ਜਿੱਥੋਂ ਤੱਕ ਮਨਦੀਪ ਰਣਵੀਰ ਸਿੰਘ ਬਿੱਟੂ ਦਾ ਸਵਾਲ, ਜਿੱਥੇ ਰਣਵੀਰ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਬੰਦੀ ਸਿੱਖਾਂ ਦੀ ਜਾਂ ਰਾਜੋਵਾਲਾਂ ਦੀ ਜਿਹੜੀ ਰਿਹਾਇਸ਼ ਦਾ ਵਿਰੋਧ ਨਹੀਂ ਕਰਾਂਗਾ, ਉੱਥੇ ਜਿਹੜੇ ਸਾਬਕਾ ਡਿਪਟੀ ਸੀਐਮ ਅਤੇ ਜਿਹੜੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹ ਕੱਲ੍ਹ ਦੀਨਾਨਗਰ ਦੇ ਵਿੱਚ ਹੀ ਉਹ ਪਾਰਟੀ ਦੇ ਵਰਕਰਾਂ ਦਾ, ਲੋਕਾਂ ਦਾ ਧੰਨਵਾਦ ਕਰ ਰਹੇ, ਲੇਕਿਨ ਉਹਨਾਂ ਨੇ ਇੱਕ ਵੱਡੀ ਟਿੱਪਣੀ ਆਖਤੀ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਰਣਵੀਰ ਸਿੰਘ ਬਿੱਟੂ ਨੂੰ ਉਭਾਰਨਾ ਪੰਜਾਬ ਲਈ ਖਤਰਨਾਕ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਵਾਅਦਿਆਂ ਦਾ ਖਮਿਆਜ਼ਾ ਭੁਗਤਿਆ। ਦੀਨਾਨਗਰ ਦੇ ਵਿੱਚ ਅਸਲ ਦੇ ਵਿੱਚ ਉਹ ਧੰਨਵਾਦ ਕਰ ਰਹੇ ਸੀ, ਇਸੇ ਦੌਰਾਨ ਉਹਨਾਂ ਵੱਡੀ ਟਿੱਪਣੀ ਕਰਤੀ ਕੇਂਦਰੀ ਰਾਜ ਮੰਤਰੀ ਰਣਵੀਰ ਸਿੰਘ ਬਿੱਟੂ ਨੂੰ ਲੈ ਕੇ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨੀਤੀ ਪੰਜਾਬ ਨੂੰ ਕਮਜ਼ੋਰ ਕਰਨ ਵਾਲੀ ਹੈ ਅਤੇ ਕੰਗਣਾ ਰਾਓ ਦਾ ਮਾਮਲਾ ਵੀ ਇਸੇ ਨੀਤੀ ਦਾ ਸੱਜਰਾ ਇੱਕ ਮਿਸਾਲ ਆ। ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ 'ਚ ਰਹਿੰਦੇ ਖੁੱਲ੍ਹ ਕੇ ਬੋਲਣ ਵਾਲੇ ਸੁਨੀਲ ਜਾਖੜ ਹੁਣ ਹਿੰਦੂ ਲੀਡਰਾਂ ਨੂੰ ਅੰਗੌਲਿਆ ਕਰਕੇ ਬਿੱਟੂ ਵਰਗੇ ਸਿੱਖਾਂ ਨੂੰ ਉਭਾਰਨ ਵਾਲੀ ਭਾਜਪਾ ਦੇ ਇਸ ਫੈਸਲੇ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੇ। ਇਸ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੀ ਲੋਕਾਂ ਨਾਲ ਝੂਠੇ ਵਾਅਦੇ ਕੀਤੇ, ਉਹਦਾ ਖਮਿਆਜ਼ਾ ਭੁਗਤਣਾ ਪਿਆ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਰਣਵੀਰ ਸਿੰਘ ਬਿੱਟੂ ਨੂੰ ਲੈ ਕੇ ਟਿੱਪਣੀ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਦੇ ਆਈ ਆ, ਉਸ 'ਤੇ ਵੀ ਦੇਖਦੇ ਕਿ ਕਾਂਗਰਸ ਪਾਰਟੀ ਕਿੰਨਾ ਗੌਰ ਕਰਦੀ ਆ, ਅਤੇ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਹੁਣ ਟਿੱਪਣੀ ਕੀਤੀ ਆ, ਉਹਦਾ ਰਣਵੀਰ ਸਿੰਘ ਬਿੱਟੂ ਹੁਣੀ ਕਿਵੇਂ ਜਵਾਬ ਦਿੰਦੇ ਨੇ।